ਬਾਬਾ ਜੀ, ਕੀ ਹਾਲ ਤੁਹਾਡਾ? ਬੜੇ ਚੰਗੇ ਆ, ਬੜੇ ਠੀਕ ਠਾਕ ਆ। ਕੀ ਨਾਂ ਤੁਹਾਡਾ? ਮਮਦਰ ਅੱਜ ਸਾਨੂੰ ਕੁਝ ਸੁਣਾਓ ਤੁਸੀਂ। ਬਾਬਾ ਜੀ ਸੁਣ ਲਓ, ਤਹਿਸੀਲ ਨਾਲੋਂ ਵਾਲਦੀ ਤੇ ਬੁੱਢੜੀ ਸੀ, ਰਹਿੰਦੀ ਹੈ ਕਮਾਈ ਸੀ, ਇੱਕ ਸੀ ਜੀ ਬੱਚਾ ਉਹਨੂੰ ਰਹੀ ਸੀ ਪਾਲਦੀ। ਮਾਂ ਨੇ ਸੀ ਲਾਡਲਾ ਜੀ ਬਹੁਤ ਰੱਖਿਆ ਤੇ ਕੰਮ ਕਾਰ ਕੋਈ ਵੀ ਉਹ ਨਾ ਸੀ ਬੱਚੇ ਨੂੰ। ਵਾਹ! ਕੋਈ ਕੁ ਦਿਹਾੜਾ ਪਾ ਕੇ ਬੁੱਢੜੀ ਦੇ ਪੁੱਤ ਦੀ ਮੰਗਣੀ ਦਾ ਸਮਾਨ ਹੋ ਗਿਆ, ਬੁੱਢੜੀ ਹੋਇਆ ਦੀ ਮੇਰੇ ਭਾਣੇ ਵੱਸ ਦਾ ਜਹਾਨ ਹੋ ਗਿਆ। ਵਾਹ! ਕੋਈ ਕੁ ਦਿਹਾੜਾ ਪਾ ਕੇ ਬੁੱਢੜੀ ਦੇ ਪੁੱਤ ਦੀ ਸ਼ਾਦੀ ਹੋ ਗਈ, ਬੁੱਢੜੀ ਦੇ ਘਰ ਦੀ ਆਬਾਦੀ ਹੋ ਗਈ, ਬੁੱਢੜੀ ਗਲੀ ਵਿੱਚੋਂ ਲੰਘ ਗਈ ਤੇ ਖੁਸ਼ੀ ਦੇ ਟਪਾਸੇ ਪਈ ਉਹ ਵੰਡ ਦੀ। ਅੱਛਾ! ਨੌ ਨਸੀਸਾਂ ਦਿੱਤੀਆਂ ਨੇ ਸੱਸ ਬੋਲ ਕੇ, ਨੌ ਨਸੀਸਾਂ ਦਿੱਤੀਆਂ ਨੇ ਸੱਸ ਬੋਲ ਕੇ, ਸੋਹਣੀ ਸ਼ਹਾਦ ਬੱਚੀਏ, ਘਰ ਵਿੱਚ ਰਹਿਣੀ ਆਬਾਦ ਬੱਚੀਏ, ਦੁੱਖ ਤਕਲੀਫ ਜ਼ਰਾ ਉਠਾਇਓ ਨਾ, ਕਿਸੇ ਗੈਰੇ ਅੱਗੇ ਹੱਥ ਨਾ ਫੈਲਾਇਓ ਨਾ, ਮੈਂ ਤੁਹਾਡੇ ਕੋਲ ਚੌਂ ਦਿਨਾਂ ਦੀ ਮਹਿਮਾਨੀ, ਸੋਹਣੀ ਸ਼ਹਾਦ ਬੱਚੀਏ, ਜਿਹੜੀ ਬਹੂ ਬਣੀ ਬੁੱਢੜੀ ਦੇ ਪੁੱਤ ਦੀ, ਉਹ ਤਾਂ ਸੀਗੀ ਨੇਕ ਭੁੱਖ ਦਾਨ ਦੀ ਅਤੇ ਆਪਣੀ ਸੀ ਮਾਂ ਦੀ ਯਾਰੋ ਗੁੱਟ ਸੀ ਵੇ ਨਿੱਟ ਪੁੱਟ ਦੀ, ਆਉਂਦਾ ਸੀ ਖਸਮ ਨੂੰ ਜੀ ਅੱਡੇ ਲਾ ਲਿਆ, ਸਾਰਾ ਸੀ ਜੀ ਉੱਲੂ ਉਹਨੂੰ ਸੀ ਬਣਾ ਲਿਆ। ਆਂਦੀ ਸੁਣ ਵੇ ਔਟਰ ਨਖੱਟਿਆ, ਤੇਰੀ ਮਾਂ ਕਰ ਦੀ ਕਪੱਟਿਆ, ਵੇ ਮੈਂ ਪਰੀ ਜੀ ਮੈਂ ਨਾਲ ਮਿਲ ਗਈ, ਜ਼ਹਿਰ ਖਾ ਕੇ ਮਰ ਜਾਵਾਂਗੀ, ਦੋਨਾਂ ਨੂੰ ਮੈਂ ਸੂਲੀ 'ਤੇ ਚੜ੍ਹਾਵਾਂਗੀ, ਸਭੇ ਫੈਸਲੇ ਮੁਕਾਵਾਂਗੀ। ਕਹਿੰਦਾ ਸਬਰ ਕਰਕੇ ਬੈਠ ਜਾ, ਪੈਲੀ ਆ ਗਈ ਬੱਤਰ ਬੀਜਣ ਜਾਣਾ ਕੱਲ੍ਹ ਨੂੰ, ਮਾਤਾ ਨੂੰ ਮੈਂ ਬੀਜ ਦੇ ਬਹਾਨੇ ਨਾਲ ਮੁਕਵਾ ਕੇ ਉੱਥੇ ਕਤਲ ਕਰਕੇ ਸਭੇ ਫੈਸਲੇ ਮੁਕਾਵਾਂਗਾ। ਚਾਰੋ ਜੇ ਉੱਠ ਕੇ ਜੀ ਹਲ ਜੋੜ ਲਿਆ, ਜਾਣ ਲੱਗਾ ਇੱਕ ਬਰਸ਼ੀ ਦੇ ਨਾਲ ਲੈ ਗਿਆ। ਮਾਤਾ ਸੀ ਵੀ ਅੱਲਾ ਨੂੰ ਸੀ ਯਾਦ ਕਰਦੀ, ਬੀਜ ਚੁੱਕ ਕੇ ਪੈਲੀ ਦੇ ਵਿੱਚ ਖੜਦੀ, ਮਾਤਾ ਵੱਲ ਵੇਖ ਕੇ ਤੇ ਹੱਥ ਜੰਗੀ ਨਾਲੋਂ ਪੁੱਟਿਆ, ਚੱਕ ਕੇ ਤੇ ਬਰਸ਼ੀ ਮਾਤਾ ਵੱਲ ਨੱਸਿਆ, ਪਹਿਲਾ ਹੱਥ ਗੁੱਸੇ ਨਾਲ ਪੁੱਟਿਆ, ਗੋਡਿਆਂ ਵਿੱਚ ਟੱਕ ਵੇ ਜ਼ਮੀਨ ਦੇ ਜੀ ਵਿੱਚ ਧਸਿਆ, ਦੂਜਾ ਹੱਥ ਗੁੱਸੇ ਨਾਲ ਪੁੱਟਿਆ, ਸਾਰਾ ਹਿੱਕ ਟੱਕ ਵੀ ਜ਼ਮੀਨ ਦੇ ਜੀ ਵਿੱਚ ਧਸਿਆ, ਤੀਜਾ ਹੱਥ ਗੁੱਸੇ ਨਾਲ ਪੁੱਟਿਆ, ਸਾਰਾ ਸੀ ਜ਼ਮੀਨ ਦੇ ਜੀ ਵਿੱਚ ਗੱਡਿਆ। ਬੁੱਢੜੀ ਲੋਕਾਂ ਦੀ ਮੇਰੇ ਭਾਣੇ ਬੇ ਨੇ ਸੂਈ ਤਰੋੜ ਗਏ, ਇੰਨੀ ਗੱਲ ਸੁਣਦਿਆਂ ਲੋਕਾਂ ਦੇ ਵੀ ਦੰਦ ਜੋੜ ਗਏ। ਬੁੱਢੜੀ ਆਉਂਦੀ ਸੁਣ ਲਓ ਤਾਂ ਰੰਨਾਂ ਨੂੰ ਪਿਆਰੀਆਂ ਬਣਾਉਣ ਵਾਲਿਓ, ਇੱਥੇ ਤੇ ਅਗਲੇ ਜਹਾਨ ਦੋਦਕੀ 'ਚ ਬੰਨ ਬਣਿਆ ਆਪਣੀ ਨਾਲ ਦਾ, ਬਸ ਇੰਨਾ ਕੀ ਆਉਂਦਾ ਬਸ। ਵਾਹ ਵਾਹ, ਸ਼ੁਕਰੀਆ ਬਾਬਾ ਜੀ।